بيتكم جاكتا من هورا يوبراني نسدن فجي روف رام تهجانا أرجان هر أنتر نهي نانك ساتي مانا هر كي سيبك جو هر بائي هر كي سيبك جو هر بائي تر كي كتان راني لے آبهن جابهن قبو مدد پارمرم سنجاری لے I'm gonna go.
ਨਾਲ ਸਤਿਗੁਰ ਮਹਾਰਾਜ ਦੇ ਸੰਗੀ ਉਹ ਵੀ ਨਾਲ ਹੀ ਨੇ, ਜਾ ਰਹੇ ਨੇ ਤਾਂ ਰਾਹ ਦੇ ਵਿੱਚ ਕੀ ਦੇਖਦੇ ਹੈ, ਪਰਮੇਸ਼ਰ ਦੇ ਪਿਆਰੇ ਬੈਠੇ ਹੈ, ਹਰ ਜਸ ਬਾਣੀ ਸਰਵਣ ਕਰ ਰਹੇ ਹੈ, ਹਰ ਜਸ ਕੀਰਤਨ ਕਰ ਰਹੇ ਹੈ। ਤੋ ਇਸੇ ਤਰ੍ਹਾਂ ਸਤਿਗੁਰ ਮਹਾਰਾਜ ਦਾ ਧਿਆਨ ਪਿਆ ਤਾਂ ਉਹ ਸਾਧ ਸੰਗਤ ਪਰਮੇਸ਼ਰ ਨੂੰ ਦੱਸਣ ਦੀ ਤਾਂ ਲੋੜ ਨਹੀਂ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਕੀਰਤ ਸ਼ਾਨਤ, ਉਹ ਜਾਣਦੇ ਆ ਵੀ ਕਿਸ ਦੇ ਮਨ ਦੇ ਵਿੱਚ ਕੀ ਚੱਲ ਰਿਹਾ। ਤਾਂ ਸਤਿਗੁਰ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਨ ਦੇ ਵਿੱਚ ਕੋਈ ਐਸੀ ਖੇਡ ਬਣੀ, ਐਸੀ ਲੀਲਾ ਬਣੀ ਤਾਂ ਉਹ ਜੋ ਸਾਧੂ ਸਨ, ਭੁੱਖੇ ਸਾਧੂ ਸਨ, ਉਹਨਾਂ ਨੂੰ ਜਿਹਨਾਂ ਮਾਇਆ ਦਾ ਉਹਨਾਂ ਨੇ ਆ ਕਰਕੇ ਲੰਗਰ ਲੈ ਕਰਕੇ ਆਉਣਾ ਸੀ, ਖਰਾ ਸੌਦਾ ਕਰਨਾ ਸੀ, ਰਸਤਾ ਵਸਤਾ ਘਰ ਦੇ ਵਿੱਚ ਲਿਆਉਣੀਆਂ ਸਨ, ਉਹ ਮਾਇਆ ਦਾ ਅੱਜ ਲੰਗਰ ਛਕਾ ਦਿੱਤਾ। ਤਾਂ ਸਾਧ ਸੰਗਤ ਉਹਨਾਂ 20 ਰੁਪਈਆਂ ਦਾ ਹੀ, 20 ਸਰਜਿਤ ਪਾਉਂਦਾ ਹੀ, ਅੱਜ ਆਪ ਇਹ ਦੇਖ ਲਿਓ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਜਾਓ, ਕਦੇ ਕੋਈ ਮਨੁੱਖ ਭੁੱਖਾ ਨਹੀਂ ਮੁੜਦਾ, ਕਦੇ ਖਾਲੀ ਨਹੀਂ ਮੁੜਦਾ। ਇਹ ਉਹਨਾਂ ਦੀਆਂ ਹੀ ਬਰਕਤਾਂ ਨੇ, ਸਤਿਗੁਰੂ ਨਾਨਕ ਮਹਾਰਾਜ ਜੀ ਦੀਆਂ ਹੀ ਖੇਡਾਂ ਨੇ। ਭਾਵੇਂ ਸਾਧ ਸੰਗਤ ਉਹ ਖਰੇ ਸੌਦੇ ਦੇ ਬਦਲੇ ਪਿਤਾ ਕਾਲੂ ਦੀਆਂ ਕੁਝ ਚਪੇੜਾਂ ਵੀ ਖਾ ਦਿੱਤੀਆਂ, ਪਰ ਇਹ ਆਪਣੇ ਵਾਸਤੇ ਸਿਧਾਂਤ ਹੈ। ਆਪਾਂ ਤਾਂ ਆਪਣੇ ਘਰ ਦਾ ਸੋਚਦੇ ਹਾਂ, ਪਰ ਉਹ ਗੁਰੂ ਨਾਨਕ ਹੈ, ਉਹ ਤਾਂ ਹਰ ਇੱਕ ਦਾ ਆਪਣੇ ਵਾਸਤੇ ਖੇਡਾਂ ਦਾ ਸਮਾਨ ਲੈ ਲਵੇਗਾ, ਜਾਂ ਹੋਰ ਕੋਈ ਖਾਣ ਪੀਣ ਦਾ ਸਮਾਨ ਲੈ ਲਵੇਗਾ, ਜਾਂ ਕਿਤੇ ਹੋਰ ਖਰਚ ਕਰ ਦੇਵੇਗਾ। ਪਰ ਉਹ ਸਤਿਗੁਰ ਮਹਾਰਾਜ ਦੀ ਐਸੀ ਬਿਰਤੀ, ਐਸੀ ਲੀਲਾ, ਸਾਧ ਸੰਗਤ ਉਹਨਾਂ ਨੇ ਆਪਣਾ ਨਹੀਂ ਦੂਸਰਿਆਂ ਦਾ ਭਲਾ ਕੀਤਾ। ਜਦੋਂ ਸਾਧ ਸੰਗਤ ਸਤਿਗੁਰ ਮਹਾਰਾਜ ਜੀ ਦੇ ਪਿਤਾ ਜੀ ਨੂੰ ਪਤਾ ਲੱਗਿਆ ਨਾ ਵੀ ਹਾਂ ਵੀ ਇਹਨਾਂ ਦਾ ਪੜ੍ਹਾਈ ਦੇ ਵਿੱਚ ਕੋਈ ਜ਼ਿਆਦਾ ਰੁਚੀ ਨਹੀਂ ਹੈ, ਤਾਂ ਉਹਨਾਂ ਨੇ ਸਤਿਗੁਰ ਮਹਾਰਾਜ ਨੂੰ ਗਊਆਂ ਚਰਾਉਣ ਦੇ ਲਈ ਭੇਜ ਦਿੱਤਾ। ਉੱਥੇ ਭੇਜਣਾ ਕੀਤਾ ਤਾਂ ਜੋ ਗਊਆਂ ਸਨ ਉਹ ਆਪਣਾ ਚਾਰਾ ਖਾ ਲਈਆਂ ਸਨ, ਪਰ ਸਤਿਗੁਰ ਮਹਾਰਾਜ ਦੀ ਬਿਰਤੀ ਫਿਰ ਵੀ ਰੱਬ ਦੇ ਨਾਲ ਜੁੜੀ ਹੋਈ ਸੀ। ਇਸੇ ਤਰ੍ਹਾਂ ਸਾਧ ਸੰਗਤ ਜੋ ਪਰਮੇਸ਼ਰ ਹੁੰਦੇ ਆ ਨਾ, ਪਰਮੇਸ਼ਰ ਦੇ ਪਿਆਰਿਆਂ ਦੀ ਵੀ ਉਹ ਅੱਠੇ ਪਹਿਰ ਦੀ ਸੁਣਾ ਦੀ ਲਗੀ ਰਹੀ ਹੈ।
ਉਹ ਗਊਆਂ ਨੇ ਜਿਹੜਾ ਖੇਤ ਸੀ ਉਹ ਖੇਤ ਦੇ ਵਿੱਚੋਂ ਚਾਰਾ ਚੁਗ ਲਿੱਤਾ, ਚਾਰਾ ਖਾ ਲਿੱਤਾ। ਉਹ ਕਿਸਾਨ ਜਾ ਕਰਕੇ ਹੁਣ ਸ਼ਿਕਾਇਤ ਕਰਨ ਗਿਆ, ਰਾਜੇ ਨੂੰ ਕਹਿਣ ਲੱਗਾ, ਕਹਿੰਦਾ ਵੀ ਤੁਸੀਂ ਇਹ ਦੇਖੋ ਵੀ ਮੇਰੇ ਖੇਤ ਦੇ ਵਿੱਚੋਂ ਫਸਲ ਕਿਵੇਂ ਗਾਇਬ ਹੋ ਗਈ। ਕਹਿੰਦੇ ਤੈਨੂੰ ਪਤਾ ਹੋਊਗਾ। ਕਹਿਣ ਲੱਗਾ ਵੀ ਨਾਨਕ ਹੈ ਵੀ ਉਹਨੇ ਨਾ ਆਪਣੀਆਂ ਗਊਆਂ ਨੂੰ ਚਲਾ ਦਿੱਤਾ। ਤਾਂ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਇਹ ਮੈਂ ਕੁਝ ਵੀ ਨਹੀਂ ਕੀਤਾ ਹੈ। ਤਾਂ ਇਸੇ ਤਰ੍ਹਾਂ ਉਹ ਆਖਣ ਲੱਗਿਆ, ਕਿਸਾਨ ਕਹਿਣ ਲੱਗਿਆ, ਜੀ ਤੁਸੀਂ ਇਉਂ ਕਰੋ, ਮੇਰੇ ਨਾਲ ਕੋਈ ਆਪਣਾ ਬੰਦਾ ਭੇਜ ਲਿਓ ਵੀ ਉਹ ਤੁਹਾਨੂੰ ਆ ਕਰਕੇ ਦੱਸ ਦੇਵੇਗਾ ਵੀ ਫਸਲ ਹੈ ਵੀ ਹੈ ਕਿ ਨਹੀਂ। ਤਾਂ ਉਹ ਗਿਆ, ਜਾ ਕਰਕੇ ਦੇਖਿਆ, ਕੁਝ ਵੀ ਨਾ ਮਿਲਿਆ। ਤਾਂ ਦੂਸਰੀ ਦਫ਼ਾ ਆ ਗਏ, ਦੂਸਰੀ ਦਫ਼ਾ ਆ ਕਰਕੇ ਕਹਿਣ ਲੱਗੇ, ਕਹਿੰਦੇ ਜੀ ਉੱਥੇ ਤਾਂ ਕੁਝ ਵੀ ਨਹੀਂ ਹੈ। ਸਤਿਗੁਰ ਮਹਾਰਾਜ ਕਹਿੰਦੇ ਭਾਈ ਵੀ ਸਭ ਕੁਝ ਹੈ ਵੀ ਕਿਉਂ ਨਹੀਂ ਹੈ। ਤਾਂ ਉਹ ਕਿਸਾਨ ਕਹਿਣ ਲੱਗਿਆ, ਤੁਸੀਂ ਫਿਰ ਇਉਂ ਕਰੋ ਨਾਲ ਹੀ ਚੱਲੋ। ਉਹ ਰਾਜਨ ਨੂੰ ਵੀ ਕਹਿਣ ਲੱਗੇ ਕਿ ਤੁਸੀਂ ਵੀ ਨਾਲ ਹੀ ਚੱਲੋ। ਉਹ ਵੀ ਗਏ, ਜਾ ਕਰਕੇ ਦੇਖਿਆ ਜਿਵੇਂ ਚਾਰਾ ਸੀ ਉਸੇ ਤਰ੍ਹਾਂ ਹੀ ਖੇਤ ਸਾਰਾ ਹੀ ਹਰਿਆ ਭਰਿਆ ਹੋਇਆ ਹੋਇਆ, ਉਸੇ ਤਰ੍ਹਾਂ ਹੀ ਸਾਰੀ ਫਸਲ ਹੈ, ਸਾਰੀ ਫਸਲ ਖੜੀ ਹੈ। ਤੋ ਇਹ ਕੁਦਰਤਾਂ ਸਾਰੇ ਸੰਗਤ ਪਰਮੇਸ਼ਵਰ ਦੇ ਪਿਆਰਿਆਂ ਦੀਆਂ ਨੇ। ਜੋ ਪ੍ਰਾਣੀ ਜੋ ਪਰਮੇਸ਼ਵਰ ਦਾ ਪਿਆਰਾ ਉਸਨੂੰ ਹਰ ਸਮੇਂ ਸਿਮਰਦਾ ਹੈ, ਉਹ ਕਹਿੰਦੇ ਰੂਪ ਹੀ ਰਾਮ ਦਾ ਬਣ ਜਾਂਦਾ। ਜੋ ਪ੍ਰਾਣੀ ਨਿਸ਼ਚਲ ਭਜੇ ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਉਹ ਹਰੀ ਵਰਗੇ ਹੀ ਹੁੰਦੇ, ਜੋ ਹਰੀ ਦਾ ਨਾਮ ਸਿਮਰਦੇ ਆ, ਉਸਦੀ ਭਜਨ ਕਰਦੇ ਆ, ਉਸਦੀ ਬੰਦਗੀ ਕਰਦੇ ਆ, ਉਹ ਫਿਰ ਹਰੀ ਵਰਗੇ ਹੀ ਹੋ ਜਾਂਦੇ। ਗੁਰਮੁਖ ਪਿਆਰੇ ਪਰਿਵਾਰ, ਭਾਈ ਹਰੀਸ਼ ਕੁਮਾਰ ਸੈਣੀ ਜੀ ਅਤੇ ਸਾਰਾ ਹੀ ਪਰਿਵਾਰ ਬੜੇ ਹੀ ਪਿਆਰ ਵਾਲਾ ਹੈ, ਮਹਾਂਪੁਰਖਾਂ ਦੇ ਨਾਲ ਕਥਾ ਪ੍ਰੇਮ ਪਿਆਰ। ਸਾਧ ਸੰਗਤ ਆਪ ਸਭਨਾਂ ਨੂੰ ਸੱਦਾ ਦਿੱਤਾ ਹੈ, ਆਪ ਸੱਦਾ ਕਬੂਲਦਿਆਂ ਗ੍ਰਹਿ ਵਿਖੇ ਆਏ ਹੋ ਅਤੇ ਇੱਥੇ ਆ ਕਰਕੇ ਭਜਨ ਬੰਦਗੀ ਕੀਤੀ ਹੈ। ਇਹ ਕਿਤੇ ਬਿਰਤੀ ਨਹੀਂ ਜਾਣੀ, ਇਹ ਵੀ ਲੇਖੇ ਦੇ ਵਿੱਚ ਲੱਗ ਜਾਣੀ। ਜਦੋਂ ਲੇਖਾ ਹੁੰਦਾ ਹੈ ਉਹ ਸਮੇਂ ਦੇ ਵਿੱਚ ਇਹ ਕੰਮ ਆਇਆ ਕਰਦਾ। ਭਜਨ ਬੰਦਗੀ ਉਹ ਕੰਮ ਆਉਂਦੀ ਹੈ। ਜਿਸਨੇ ਕਦੇ ਸਿਮਰਨ ਭਜਨ ਦਇਆ ਨਾ ਕੀਨੀ ਤੋਂ ਮੁਖ ਜੋਟਾ ਖਾਏ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਸਿਮਰਨ ਭਜਨ ਦਇਆ ਨਾ ਕੀਨੀ ਤੋਂ ਮੁਖ ਜੋਟਾ ਖਾਏ। ਤੋ ਆਓ ਆਪ ਸਭਨਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਆਗਮਨ ਪੁਰਬ ਦੀਆਂ ਲੱਖ 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 ਵਧਾਈਆਂ। ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਮਿਆਂ, ਸਾਧ ਸੰਗਤ ਧੰਨ ਧੰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਇਤਨੀ ਕਿਰਪਾ ਹੈ ਕਿ ਜੋ ਇਤਨੇ ਵੱਡੇ ਸਮਾਗਮ ਹੁੰਦੇ ਹਨ ਉਹਨਾਂ ਦਾ ਆਪਾਂ ਤਾਂ ਲਾਭ ਉਠਾ ਸਕਦੇ ਹਾਂ ਜੇ ਉਹ ਤੋਂ ਕੋਈ ਬਚਨ ਸਿੱਖਾਂਗੇ, ਆਪਣੀ ਜੀਵਨ ਦੇ ਵਿੱਚ ਉਸਨੂੰ ਢਾਲਣਾ ਕਰਾਂਗੇ। ਤੋ ਮਹਾਂਪੁਰਖਾਂ ਦਾ ਵੀ ਉਪਰਾਲਾ ਹੈ, ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਲੰਮਿਆਂ ਸਾਹਿਬ ਵਾਲੇ, 8 ਤਰੀਕ ਨੂੰ ਜੋ ਕੱਤਕ ਦੀ ਪੂਰਨਮਾਸ਼ੀ ਹੈ, ਗੁਰਦੁਆਰਾ ਸਿੰਘ ਸ਼ਹੀਦਾਂ ਟੱਕੀ ਸਾਹਿਬ ਸੈਕਟਰ 82 ਵਿਖੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਆਗਮਨ ਪੁਰਬ ਉੱਥੇ ਵੀ ਮਨਾਇਆ ਜਾਣਾ ਹੈ। ਆਪ ਸਭਨਾਂ ਨੇ ਉੱਥੇ ਆ ਕਰਕੇ ਵੀ ਹਾਜ਼ਰੀਆਂ ਭਰਨੀਆਂ ਨੇ। ਆਓ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਭੁੱਲਣਾ ਛੋਟਾ ਦੀ ਕਿਹਾ ਲੇਖਿਆ ਕਤ ਹੈ ਨਾ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰਾ ਬਖਸ਼ ਲੈ ਨਾਨਕ ਪਾਰਿਓ ਮਿਟ ਗਈ ਤੁੰਦ ਜਾਗਦੀ ਜਾਗਰੀ
I'm gonna turn home.